ਸੀਗਾ ਉਦੋਂ ਅਸੀਂ ਪਹਿਲਾਂ ਸਟਾਰਟ ਯੂਟਿਊਬ ਦਾ ਕੰਮ ਸਟਾਰਟ ਕਰਿਆ ਸੀਗਾ ਉਦੋਂ ਇਹਨੂੰ ਅਸੀਂ 90,000 ਰੁਪਇਆ ਦੇ ਕੇ ਟਿਕਾਇਆ ਸੀਗਾ 90,000 ਰੁਪਇਆ ਲਿੱਤਾ ਸੀ ਇਹਨੇ ਹੁਣ ਵੀ ਯਾਰ ਪੀਏ ਮੰਗਦਾ ਸੀ ਮੈਥੋਂ ਮੈਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀਗਾ ਅੰਮ੍ਰਿਤਪਾਲ ਸਿੰਘ ਜਿਹੜਾ ਵੀ ਮੈਨੂੰ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪਰਚਾ ਬਣਦਾ ਨਹੀਂ ਸੀਗਾ ਜਦੋਂ ਤੋਂ ਸਾਡੇ ਧਾਰਮਿਕ ਭਾਵਨਾ ਨਾਲ ਪਰਚਾ ਹੋ ਗਿਆ ਉਸ ਤੋਂ ਬਾਅਦ ਅਸੀਂ ਨਾ ਤਾਂ ਧਾਰਮਿਕ ਭਾਵਨਾ ਵਾਲੀ ਵੀਡੀਓ ਬਣਾਈ ਹੈ ਨਾ ਕੋਈ ਜਾਤੀ ਵਾਲੀ ਨਾ ਹੀ ਅਸੀਂ ਬਣਾਉਣੀ ਹੈ ਅਸੀਂ ਸਿਰਫ ਮਨੋਰੰਜਨ ਲਈ ਵੀਡੀਓ ਬਣਾਉਣਾ ਬਾਕੀ ਅਸੀਂ ਵੀਡੀਓ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਕਹਿੰਦੇ ਆ ਵੀ ਸਾਡੀ ਵੀਡੀਓ ਦੇ ਵਿੱਚ ਭਾਈ ਗਾਲਾਂ ਨਿਕਲ ਜਾਂਦੀਆਂ ਨੇ ਇਸ ਕਰਕੇ ਸਮਾਜ ਸੇਵਕ ਸੱਭਿਆਚਾਰ ਸਾਡੀ ਵੀਡੀਓ ਨਾ ਦੇਖੋ ਅਸੀਂ ਪਹਿਲਾਂ ਕਹਿੰਦੇ ਆ ਤੇ ਇਹ ਬੰਦਾ ਮੈਥੋਂ ਪੈਸੇ ਮੰਗਦਾ ਸੀਗਾ ਹੁਣ ਇਸ ਵਾਰ 2 ਲੱਖ ਰੁਪਇਆ ਮੰਗਦਾ ਸੀਗਾ ਮਹਾ ਵੀ ਮੈਂ ਪੈਸੇ ਨਹੀਂ ਦੇਣਾ ਮੇਰੇ ਕੋਲ ਕੋਈ ਪੈਸੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਧਨੌਲੇ ਥਾਣੇ 'ਚ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਏ ਇਹ ਕਹਿੰਦੇ ਤੇਰੇ ਟਾਈਮ ਚੱਕਾਂਗੇ ਮੈਂ ਕੋਈ ਗੱਲ ਨਹੀਂ ਇਹਨਾਂ ਨੇ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਸਾਰਾ ਆਪਦਾ ਅਕਾਊਂਟ ਬੰਦ ਕਰਤਾ ਇਹ ਫੇਮਪਾਲ ਦਾ ਬੰਦਾ ਹੈ ਅੰਮ੍ਰਿਤਪਾਲ ਸਿੰਘ ਜਿਹੜਾ ਅਸਲੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਉਹ ਇਹਨਾਂ ਹੱਥੇ ਬੰਦੇ ਤੇ ਬਾਰ ਹੀ ਨਹੀਂ ਕਰਦਾ 13 ਬੰਦੇ ਇੱਕ ਬੰਦੇ ਹਾਂ ਇਹ 13 ਬੰਦਿਆਂ ਨੇ ਇੱਕ ਬੰਦੇ ਨੇ ਹੱਥੇ ਬੰਦੇ ਮੈਨੂੰ ਆ ਕੇ ਬੁਲਾ ਕੇ ਕਹਿੰਦੇ ਆਇਆ ਬਈ ਉਰੇ ਮਾੜਾ ਜਿਹਾ ਆਏ ਬੁਲਾ ਕੇ ਇਹਨਾਂ ਨੇ ਮੇਰੇ ਤੇ ਬਾਰ ਕੀਤਾ ਤੇ ਸਭ ਇਹ ਸਭ ਆਪਣੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਇਹ ਬੰਦੇ ਇਹ ਗੁੰਡੇ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਬੰਦਿਆਂ ਦੇ ਡਾਂਗਾ ਮਾਰੀ ਨੇ ਇਦਾਂ ਕਰਦੇ ਨੇ ਇਹ ਅੰਮ੍ਰਿਤਪਾਲ ਸਿੰਘ ਇਹਦੇ ਨਾਲ 4-5 ਬੰਦੇ ਹੋਰ ਨੇ ਬਾਕੀ ਮੈਨੂੰ ਬੁੱਢਾ ਦਾ ਵਾਲਿਆਂ ਦਾ ਵੀ ਫੋਨ ਆਇਆ ਵੀ ਸਾਡਾ ਇਹਨਾਂ ਗੱਲ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ ਇਹ ਬਕਾਊ ਨੇ ਪੈਸਾ ਭਾਲਦੇ ਨੇ ਇਹਨਾਂ ਕੋਲੇ ਕੰਮ ਕੀ ਆ ਸਿਰਫ ਪੈਸਾ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹਦੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਇਆ ਦੇ ਦੇ ਤੇਰੀਆਂ ਧਾਰਮਿਕ ਭਾਵਨਾ ਠੇਸ ਜਿਹੜੇ ਪਹੁੰਚੀ ਆ ਉਹ ਠੀਕ ਹੋ ਜਾਣਗੇ ਮਿੰਟ 'ਚ ਬਾਈ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ ਲੰਡੇ ਲੁੱਚੇ ਬੰਦੇ ਨੇ ਬਾਈ ਯਾਰ ਸਾਰੇ ਪਿੰਡ ਨੂੰ ਪਤਾ ਵੀ ਸਾਰੇ ਪਿੰਡ ਨੂੰ ਪਤਾ ਵੀ ਬੇਅਬਦੀ ਹੋਈ ਹੈ ਗੁਰੂ ਮਹਾਰਾਜ ਦੀ ਬੇਅਬਦੀ ਹੋਈ ਆ ਉੱਥੇ ਜਾ ਕੇ ਜ਼ੋਰ ਦਿਖਾਣਾ ਪ੍ਰੋਡਿਊਸਰ ਨੂੰ ਕੁੱਟ ਕੇ ਥੋੜਾ ਜ਼ੋਰ ਦਿਖਾਈਦਾ ਯਾਰ ਉਹੀ ਤਾਂ ਗੱਲ ਹੈ ਨਹੱਤੇ ਦੇ ਬਾਹਰ ਕਰਨਾ ਇਹਨੂੰ ਕਹਿੰਦੇ ਮੈਂ ਇੱਕ ਗੱਲ ਹੋਰ ਕਹਿਣਾ ਇਹਨੂੰ ਕਹਿੰਦੇ ਹੁਣ ਦੱਸ ਕਿੱਥੇ ਆਈ ਉੱਥੇ ਉਹਨੂੰ ਧਿਆਨ ਆ ਜਿੱਥੇ ਕਹੋਗੇ ਉੱਥੇ ਆਵਾਂਗੇ ਅਸੀਂ ਇਹਨੂੰ ਕਹਿੰਦੇ ਹੁਣ ਇਹਨੂੰ ਕਹਿੰਦੇ ਤੂੰ ਦਾ 90,000 ਰੁਪਏ ਲੈ ਕੇ ਨਾ ਤੂੰ ਪਹਿਲਾਂ ਉਹ ਹਾਂ ਬਈ ਪਹਿਲਾਂ ਲੈ ਕੇ ਹੁਣ 2 ਲੱਖ ਰੁਪਏ ਮੰਗਦੇ ਸੀ ਤੇ ਬਾਕੀ ਉਹ ਕਹਿੰਦੇ ਵੀਡੀਓ ਬੰਦ ਕਰ ਦੇਣਾ ਠੀਕ ਹੈ ਜੀ ਮੈਂ ਵੀਡੀਓ ਬੰਦ ਕਰ ਦੂੰਗਾ ਉਹਨਾਂ ਨੇ ਮੇਰੀ ਗੱਲ ਸੁਣ ਸਾਨੂੰ ਘਰੇ ਤਾਂ ਕਣਕ ਛੱਡਿਆ ਕਰੇ 20 ਜਾਣੇ ਆ 20 ਜਾਣਾ ਸਾਡੀ ਰੋਜੀ ਰੋਟੀ ਆ ਉਹ ਠੀਕ ਆ ਸਾਡਾ ਕੰਮ ਹੈ ਸਾਡੇ 20 ਜਾਣੇ ਦੇ ਘਰੇ ਉਹ ਕਣਕ ਛੱਡਿਆ ਕਰੇ 10-10,000 ਰੁਪਇਆ ਦੇ ਦੇ ਕਰ ਜਾਂ ਸਾਨੂੰ ਨੌਕਰੀ ਦਵਾ ਦੇ ਸੀ ਵੀਡੀਓ ਬਣਾਉਣੀ ਛੱਡ ਲਾਂਗੇ ਬੇਰੋਜ਼ਗਾਰ ਆ ਲੋਕ ਨਸ਼ੇ ਕਰੀ ਜਾਂਦੇ ਨੇ ਕੋਈ ਚਿੱਟਾ ਪੀਂਦਾ ਕੋਈ ਚੋਰੀਆਂ ਕਰਦਾ ਸਾਡਾ ਕੰਮ ਹੈ 20 ਜਾਣੇ ਨੂੰ ਰੋਜ਼ਗਾਰ ਦਿੱਤਾ ਸਾਨੂੰ ਜਦੋਂ ਨੌਕਰੀ ਦਵਾ ਦਿਓ ਜਾਂ ਸਾਨੂੰ 10-10,000 ਰੁਪਇਆ ਦੇ ਦੇ ਕਰੋ ਕਣਕ ਘਰੇ ਛੱਡਿਆ ਕਰੋ ਅਸੀਂ ਵੀਡੀਓ ਚੈਨਲ ਡਿਲੀਟ ਕਰ ਦਾਂਗੇ ਅਸੀਂ ਭੁੱਖੇ ਮਾਰੇ ਸਾਰਾ ਕੰਮ ਕਰਨਾ 20 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਜੇ ਉਹਨਾਂ ਨੂੰ ਐਵੇਂ ਵੀਡੀਓ ਬੰਦ ਕਰਦਾ ਨਾ ਤਾਂ ਸਾਰੇ ਇਕੱਠੇ ਹੋ ਕੇ ਸਾਨੂੰ 10-10,000 ਰੁਪਇਆ ਘਰੇ ਦੇ ਜਾ ਕਰੋ ਕਣਕ ਛੱਡਿਆ ਕਰੋ ਅਸੀਂ ਵੀਡੀਓ ਬੰਦ ਕਰਨਾ ਬੰਦ ਕਰ ਦਾਂਗੇ ਜਾਂ ਉਹਨੂੰ ਨੌਕਰੀ ਦਵਾ ਦਿਓ ਲੱਗਦਾ ਵੀ ਇਹਦੇ ਤਬਦੀਲੀ ਤਫਤੀਸ਼ ਹੋਊਗੀ ਤਾਂ ਇਹਨਾਂ ਵਿੱਚ ਹੋਰ ਬਹੁਤ ਕੁਝ ਨਿਕਲੂਗਾ ਬਹੁਤ ਫੋਕੀਆਂ ਹੋਰ ਬਹੁਤ ਬਹੁਤ ਗੱਲਾਂ ਬਾਤਾਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਨਾਂ ਦੇ ਨਾਲ ਦੇ ਬੰਦੇ ਉਹਨਾਂ ਦੇ ਗੱਲਾਂ ਬਾਤਾਂ ਦੱਸ ਰਹੇ ਨੇ ਠੀਕ ਹੈ ਵੀ ਇਹ ਇਦਾਂ ਇਦਾਂ ਬਹੁਤ ਕੁਝ ਕਰਦੇ ਨੇ ਬਹੁਤ ਲੋਕਾਂ ਤੋਂ ਰੁਪਏ ਲੈਂਦੇ ਨੇ ਇਹ ਜਾ ਕੇ 100 ਦੇ ਦਿੰਦਾ ਬੁੜੀ ਨੂੰ ਵੀਡੀਓ ਪਾ ਆਂਦਾ 100 ਰੁਪਏ ਦਾ 100 ਦੇ ਕੇ ਕਿਤੇ ਘਰ ਚੱਲ ਜੂ 100 ਰੁਪਏ ਇਹਦੀ ਵੀਡੀਓ ਚੈੱਕ ਕਰਿਓ ਇਹ ਫੇਮਪਾਲ ਦਾ ਬੰਦਾ ਦੇ ਕੇ 100 ਰੁਪਏ ਦਾ ਸਵੈਟਰ ਪਾ ਕੇ ਬਾਬੇ ਦੇ ਬਾਬਾ ਸਵੈਟਰ ਕਿਵੇਂ ਲੱਗਿਆ ਤੇਰਾ ਵਧੀਆ ਲੱਗਿਆ ਤੇ ਵੀਡੀਓ ਚੈੱਕ ਕਰਿਓ 100-200 ਦਾ ਸਵੈਟਰ ਪਾ ਕੇ ਬਾਬਾ ਤੇਰਾ ਵੀਡੀਓ ਪਾ ਦੂ ਇਹ ਇਦਾਂ ਦਾ ਬੰਦਾ ਫੇਮ ਪਾਲਦਾ ਸੀਗਾ ਇਹਨੂੰ ਹੁਣ ਫੇਮ ਮਿਲ ਗਿਆ ਇਹਨੂੰ ਫੇਮ ਹੋਰ ਵੀ ਵਧੀਆ 14000 ਹਲੋ ਜਿਹੜੇ ਕੋਰਟ ਵਾਲੇ ਫੇਮ ਦੇਣਗੇ ਪੱਤਰਾ ਦੇਣਗੇ ਪ੍ਰੋਡਿਊਸਰ ਕੀ ਉਹਨਾਂ ਤੇ ਹੁਣ ਕਾਰਵਾਈ ਹੋ ਰਹੀ ਹੈ ਹੁਣ ਕਾਰਵਾਈ ਹੋ ਰਹੀ ਹੈ ਹੁਣ ਇੱਕ ਨੂੰ ਹੋਰ ਬੇਨਤੀ ਆ ਉਹ ਕਹਿੰਦਾ ਵੀ ਮੈਂ ਉਹਦਾ ਪਿੰਡ ਨਾਲ ਨੇਗਾ ਸਾਰਾ ਪਿੰਡ ਦੀਆਂ ਬੁੜੀਆਂ ਖੜੀਆਂ ਨੇ ਪਹਿਲਾਂ ਪਿੰਡ 'ਚ ਦੱਸੋ ਮੈਂ ਜਿੱਦਾਂ ਕੋਈ ਗਲਤ ਕਿਸੇ ਨੂੰ ਕੁਝ ਗਾਲ ਕੋਈ ਬੋਲਿਆ ਮੈਂ ਪਿੰਡ ਵਾਲੇ ਸਾਰੇ ਕਹਿੰਦਾ ਵੀ ਪਿੰਡ 'ਚ ਆਇਆ ਪਿੰਡ 'ਚ ਕਿਹਨੂੰ ਮਰਜ਼ੀ ਪੁੱਛਣਾ ਮੇਰਾ ਪਿੰਡ 'ਚ ਕੋਈ ਲਾਂਭਾ ਹੈਗਾ ਕੋਈ ਮੈਂ ਨਸ਼ਾ ਪਤਾ ਕੀਤਾ ਠੀਕ ਹੈ ਉਹ ਕਹਿੰਦਾ ਵੀ ਪਿੰਡ ਦੇ ਨਾਲ ਨਹੀਂ ਆ ਸਾਰਾ ਪਿੰਡ ਨਾਲ ਖੜਾ ਹੈਗਾ ਹੁਣ ਜਦੋਂ ਮਰਜ਼ੀ ਉਹ ਟਾਈਮ ਦੱਸ ਕੇ ਆਵੇ ਮੈਂ ਇੱਥੇ ਆ ਰਿਹਾ ਜਿੱਦੇ ਮਰਜ਼ੀ ਆ ਸਾਰਾ ਪਿੰਡ ਸਾਡੇ ਨਾਲ ਆ ਉਹ ਕਹਿੰਦਾ ਤੇਰੇ ਪਿੰਡ ਨਾਲ ਨਹੀਂ ਆ ਸਰਪੰਚ ਅਸੀਂ ਦੇਵਾਂਗੇ ਸਾਹਿਬ ਕੋਟ ਦਿੰਦਾ ਪਿੰਡ ਏਕਤਾ ਮੈਨੂੰ ਘਰੇ ਵੜ ਕੇ ਕੁੱਟਿਆ 455 ਲੱਗਣੀ ਉਹ ਨੀ ਲਾਈ ਹਜੇ ਤੱਕ ਮੇਰਾ ਪਰਸ ਕੱਢ ਕੇ ਲੈ ਗਏ ਮੇਰਾ ਮੋਬਾਈਲ ਕੱਢ ਕੇ ਲੈ ਗਏ 17,000 ਰੁਪਏ ਹੋਰ ਬੰਦੇ ਨੇ ਮੇਰਾ ਆਈਫੋਨ ਲੈ ਕੇ ਤੇ ਮੇਰਾ ਪਰਸ ਲੈ ਗਏ ਪੁਲਿਸ ਨੇ ਉਹ ਤਾਰਾ ਹੀ ਲਾਈ ਉਹ ਤਾਰਾ ਅਸੀਂ ਲਵਾਉਣੀ ਹੈ ਠੀਕ ਹੈ ਤੇ ਆਈਟੀ ਐਕਟ ਵੀਡੀਓ ਵਾਇਰਲ ਕਰੀ ਉਹ ਨਹੀਂ ਲਾਇਆ 4 ਤਾਰਾ ਲੱਗ ਚੁੱਕੇ ਨੇ ਬਾਕੀ ਤਾਰਾ ਹਜੇ ਲਾਉਣੀ ਚੱਲ ਜਾਏ